ਕਮਰਾ ਨਾ ਜਸਪਾਲ ਸਿੰਘ ਕੀ ਗੱਲ ਹੋਈ ਹੈ ਜੀ? ਕੁਝ ਨਹੀਂ, ਇੱਦਾਂ ਰਿਪੇਅਰ ਵਾਲੀ ਦੁਕਾਨ 'ਤੇ ਬੈਠੇ ਹਾਂ, ਉਹ ਦੋ ਜਣੇ ਨੀਲਾ ਅਤੇ ਦਹਿਲਾ ਆਣ ਕੇ ਤਾਂ ਠਾਉਂਦਿਆ ਪਿਆ, ਅਤੇ ਬਸ ਇੰਨੇ ਦੇ ਬਾਅਦ ਉਹਨਾਂ ਫਾਇਰ ਕਰਤੇ। ਤੂੰ ਕਿਹੜੀ ਜਗ੍ਹਾ ਦਾ ਵਾਕਿਆ ਵੀਰ? ਇਹ ਚਮੜਾ ਦੇਵੀ ਦਾ। ਠੀਕ ਹੈ, ਕੋਈ ਜਿਹੜੇ ਬੰਦਿਆਂ ਦੇ ਤੁਹਾਡੇ ਵਾਈਫ ਉਹਨਾਂ ਦਾ ਨਾਮ ਪਤਾ ਕੁਛ? ਹਾਂਜੀ, ਇੱਕ ਨੀਲਾ ਇੱਕ ਦਹਿਲਾ ਵਰਿਆਮ ਤੋਂ। ਸਰ ਕੋਈ ਪੁਰਾਣੀ ਰੰਜਿਸ਼? ਨਹੀਂ ਨਹੀਂ, ਕੋਈ ਪੁਰਾਣੀ ਰੰਜਿਸ਼ ਨਹੀਂ ਸਾਡੇ ਘਰ। ਅਤੇ ਕੋਈ ਮੌਕੇ 'ਤੇ ਕੁੜੀ ਦਾ ਅਫਸਰ ਕੋਈ ਜਾਂਚ ਕਦੇ ਕਰੀ ਹੋਈ ਹੈ? ਹਾਂਜੀ, ਉੱਥੇ ਆਏ। ਜਸਪਾਲ ਸਿੰਘ ਭਤੀਆ ਮੇਰਾ, ਉੱਥੇ ਚਵਿੰਡੇ ਮੋਟਰਸਾਈਕਲ ਦਾ ਕੰਮ ਕਰਾਉਂਦੇ ਪਏ ਸੀ। ਦੋ ਮੁੰਡੇ ਆਏ ਆਪਣਾ ਨੀਲਾ ਦੇਲਾ ਵਰਿਆਮ ਦੇ ਨੇ, ਉਹਨਾਂ ਨੇ ਗੋਲੀ ਮਾਰਤੀ ਹੈ। ਨਹੀਂ ਜੀ, ਨਜਾਇਜ਼ ਹਥਿਆਰ ਉਹਨਾਂ ਦੇ ਕੋਲ, ਉਹ ਦੇ ਇਹਨਾਂ ਕੰਮਾਂ 'ਚ ਤੁਰੇ ਫਿਰਦੇ। ਹਾਂਜੀ, ਨਹੀਂ ਜੀ, ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ। ਉੱਥੇ ਬੈਠੇ ਮੁੰਡੇ ਕਹਿੰਦੇ ਆ ਵੀ ਤੁਹਾਨੂੰ ਮੈਂ ਹੋਈ ਆ, ਤਿੰਨੇ ਤੋਂ ਗੋਲੀਆਂ ਤਿੰਨ ਫਾਇਰ ਕੀਤੇ ਆ, ਇੱਕ ਦੇ ਗਿੱਟੇ 'ਚ ਲੱਗ ਗਈ। ਨਹੀਂ ਜੀ, ਮੌਕੇ 'ਤੇ ਕੋਈ ਨਹੀਂ ਆਇਆ ਉੱਥੇ। ਬਾਅਦ 'ਚ ਆਏ ਆਪਣਾ ਕਿੱਥੋਂ ਨੰਗਲ ਟਾਣੇ ਕਹਿ ਦਰਖਾਸਤ, ਕਾਨੂੰਨ ਸਾਫ਼ ਚਾਹੀਦਾ ਜੀ, ਜੋ ਵੀ ਕਾਰਵਾਈ ਹੋਣੀ ਚਾਹੀਦੀ ਆ। ਨਜਾਇਜ਼ ਕੀਤਾ ਜੀ, ਕੋਈ ਸਾਡੀ ਰੰਜਿਸ਼ ਹੋਵੇ ਉਹਨਾਂ ਨਾਲ ਫਿਰ ਤਾਂ ਗੱਲ ਹੁੰਦੀ ਆ, ਸਾਡੀ ਕੋਈ ਰੰਜਿਸ਼ ਹੈ ਨਹੀਂ ਆ। ਤੂੰ ਤੂੰ ਮੈਂ ਹੁਣ 'ਤੇ ਆਪਣਾ ਨਾ ਗੋਲੀ ਮਾਰਤੀ ਆ। ਹਾਂਜੀ, ਬਦਮਾਸ਼ੀ 'ਚ ਆ ਜੀ, ਇਹਨਾਂ ਕੰਮਾਂ 'ਚ ਰਹਿੰਦੇ ਆ। ਹਾਂਜੀ ਸਰ, ਕੀ ਮਾਮਲਾ ਜੀ ਜਿਹੜਾ ਚਵਿੰਡਾ ਦੇਵੀ ਪਿੰਡ ਦੇ ਵਿੱਚ ਅੱਜ ਖਬਰ ਸਾਹਮਣੇ ਆਈ ਹੈ? ਜੀ, ਜਸਪਾਲ ਸਿੰਘ ਸਾਨੂੰ ਨਰਿੰਦਰ ਸਿੰਘ, ਪਿੰਡ ਰਾਮਦ ਵਾਲੇ ਹਿੰਦੂਆਂ ਦਾ, ਉੱਥੇ ਮੋਟਰਸਾਈਕਲ ਠੀਕ ਕਰਾਉਣ ਡਿਆ ਸੀ ਮੋਟਰਸਾਈਕਲ ਦੁਕਾਨ ਦੇ ਉੱਤੇ। ਅਤੇ ਉੱਥੇ ਜਿਹੜੇ ਨਿਰਮਲ ਸਿੰਘ ਨਹਿਲਾ ਅਤੇ ਨਰਵੈਰ ਸਿੰਘ ਨਹਿਲਾ, ਇਹ ਦੋਵੇਂ ਪਿੰਡ ਪੰਜਾਬ ਨੰਗਲ ਦੇ ਹੈਗੇ ਆ, ਇਹ ਵੀ ਉੱਥੇ ਆ ਕੇ ਆਪਣਾ ਮੋਟਰਸਾਈਕਲ ਠੀਕ ਕਰਾਉਣ ਵਾਸਤੇ ਆਏ ਇੱਥੇ। ਅਤੇ ਉਹਨਾਂ ਦੇ ਆਪਸ ਵਿੱਚ ਕੋਈ ਉਹਨਾਂ ਦਾ ਤਕਰਾਰਬਾਜ਼ੀ ਹੋ ਗਈ, ਇੱਥੇ ਜਿਹੜਾ ਵਾ ਇਹਨੇ ਦੂਜੀ ਧਿਰ ਨਰਵੈਰ ਸਿੰਘ ਧਿਰ ਨੇ ਜਿਹੜਾ ਉਹਨਾਂ ਦੇ ਉੱਤੇ ਉਹਦੇ ਉੱਤੇ ਪੈਰ ਦੇ ਉੱਤੇ ਗੋਲੀ ਮਾਰ ਦਿੱਤੀ ਹੈ ਜੀ। ਸਰ, ਕੀ ਮੁੱਢਲੀ ਤਫਤੀਸ਼, ਕੀ ਗੱਲ ਸਾਹਮਣੇ ਆਈ? ਮੁੱਢਲੀ ਤਫਤੀਸ਼ ਤੋਂ ਤਾਂ ਇਹਨਾਂ ਦੇ ਉੱਥੇ ਲੱਗ ਪੈਂਦੇ ਆਸ ਪਾਸ ਤੋਂ ਪੁੱਛਣ ਤੋਂ ਹੀ ਪਤਾ ਲੱਗਾ ਜੀ ਕਿ ਇਹਨਾਂ ਦਾ ਉੱਥੇ ਗੱਲਾਂ ਬਾਤਾਂ ਦੇ ਵਿੱਚ ਹੀ ਤਕਰਾਰ ਹੋਇਆ ਵਾ। ਪਹਿਲੋਂ ਦੇ ਇੱਕ ਦੂਜੇ ਨੂੰ ਬੜੇ ਪਿਆਰ ਨਾਲ ਮਿਲੇ ਆ, ਮੁੜ ਕੇ ਉੱਥੇ ਤਕਰਾਰ ਹੋ ਗਿਆ, ਫਿਰ ਉਹਨਾਂ ਨੇ ਉੱਥੇ ਗੋਲੀ ਚਲਾ ਦਿੱਤੀ, ਪੈਰ ਦੇ ਵਿੱਚ ਮਾਰੀ ਹੈ ਜੀ। ਅਤੇ ਕਿੰਨੇ ਪੈਰ ਹੋਏ ਆ? ਅਤੇ ਦੋ ਪੈਰ ਸੰਬੰਧੀ ਪਤਾ ਲੱਗਾ ਵਾ, ਅਤੇ ਇੱਕ ਖੋਲ ਕਾਰਤੂਸ ਸਾਨੂੰ ਮਿਲਿਆ ਉੱਥੇ ਮੌਕੇ ਤੋਂ। ਅਤੇ ਸਰ, ਕੋਈ ਜਿਹੜੇ ਬੰਦਿਆਂ ਵੱਲੋਂ ਚਲਾਇਆ ਗਿਆ ਵਾ, ਇਹ ਇਹਨਾਂ ਦਾ ਕੋਈ ਪਿਛਲਾ ਰਿਕਾਰਡ ਜਿਹੜਾ ਹੈਗਾ, ਅਜੇ ਤੱਕ ਨਹੀਂ ਰੰਜਿਸ਼ ਸਾਹਮਣੇ ਆਈ ਜੀ। ਜਸਪਾਲ ਸਿੰਘ ਜਿਹਨੂੰ ਪੀੜਤ ਆ, ਜਿਹਨੂੰ ਗੋਲੀ ਲੱਗੀ ਆ, ਉਹਨੂੰ ਮੈਂ ਮਿਲਿਆ ਸਾਂ, ਉਹਨੇ ਤੇ ਇਹੋ ਦੱਸਿਆ ਵਾ ਵੀ ਸਾਡੇ ਜਿਹੜਾ ਇਸ ਤਰ੍ਹਾਂ ਉੱਥੇ ਬੋਲ ਬੁਲਾਰਾ ਹੋ ਗਿਆ, ਉਹਦੇ ਕਰਕੇ ਗੋਲੀ ਮੇਰੇ ਪੈਰ ਦੇ ਵਿੱਚ ਮੌਕੇ ਤੇ ਬੋਲ ਬੁਲਾਰਾ ਹੋ ਗਿਆ। ਮੌਕੇ ਤੇ ਬੋਲ ਬੁਲਾਰਾ ਹੋਇਆ। ਸਰ, ਕੀ ਕਾਰਵਾਈ ਹੋਣਾ? ਇਹਦੇ ਬਿਆਨ ਲੈ ਕੇ ਕੇਸ ਰਜਿਸਟਰ ਕਰਨ ਲੱਗੇ ਹਾਂ ਜੀ, 307 IPC ਤਹਿਤ।